ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਿਗਰੀ ਯਾਰਾਂ ਦੇ ਵੱਲੋਂ ਹੀ ਆਪਣੇ ਦੋਸਤ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਸਜ਼ਾ ਇਸ ਗੱਲ ਦੀ ਦਿੱਤੀ ਗਈ ਕਿਉਂਕਿ ਉਹ ਨਸ਼ੇੜੀ ਦੋਸਤਾਂ ਦਾ ਸਾਥ ਛੱਡਣਾ ਚਾਹੁੰਦਾ ਸੀ। ਨੌਜਵਾਨ ਖੁਦ ਵੀ ਕਦੇ ਨਸ਼ੇ ਦਾ ਆਦੀ ਸੀ ਪਰ ਹੁਣ ਨਸ਼ਾ ਛੱਡ ਚੁੱਕਿਆ ਸੀ ਅਤੇ ਆਪਣੇ ਨਸ਼ੇੜੀ ਦੋਸਤਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਸੀ ਪਰ ਇਸੇ ਵਿਚਾਲੇ ਨਾਲ ਦੋਸਤਾਂ ਦੇ ਵੱਲੋਂ ਰਲ ਕੇ ਆਪਣੇ ਹੀ ਜਿਗਰੀ ਯਾਰ ਦਾ ਕਤਲ ਕਰ ਦਿੱਤਾ ਗਿਆ ਤੇ ਲਾਸ਼ ਸੁਨਸਾਨ ਥਾਂ ਤੇ ਸੁੱਟਤੀ। ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਨੂੰ ਉਸਦੇ ਹੀ ਦੋਸਤਾਂ ਨੇ ਬੇਰਹਿਮੀ ਨਾਲ ਮਾਰ ਦਿੱਤਾ। ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਜਿੱਥੇ ਅਬੋਹਰ ਦੇ ਨਵਾਂ ਧਰਮਾਂ ਦਾ ਰਹਿਣ ਵਾਲਾ ਮਨਿੰਦਰ ਉਰਫ ਸੋਨੂ ਜੋ ਕਿ ਮੈਕਸ ਹਸਪਤਾਲ ਮੋਹਾਲੀ ਦੇ ਵਿੱਚ ਕੰਮ ਕਰਦਾ ਸੀ ਤੇ ਪਰਿਵਾਰ ਨੂੰ ਮਿਲਣ ਦੇ ਲਈ ਅਬੋਹਰ ਆਇਆ ਹੋਇਆ ਸੀ। 26 ਸਤੰਬਰ ਨੂੰ ਦੁਪਹਿਰ 2 ਵਜੇ ਜਦੋਂ ਸਾਈਕਲ ਤੇ ਘਰੋਂ ਬਾਹਰ ਨਿਕਲਿਆ ਤਾਂ ਬਾਜ਼ਾਰ ਜਾਣ ਦਾ ਕਹਿ ਕੇ ਗਿਆ ਸੀ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਪਰਤਿਆ ਤੇ ਅਗਲੇ ਦਿਨ ਹੀ ਮਨਿੰਦਰ ਦੀ ਲਾਸ਼ ਇੱਕ ਸੁਨਸਾਨ ਥਾਂ ਤੋਂ ਮਿਲੀ। ਕੱਚੀ ਸੜਕ ਤੋਂ ਲਵਾਰਿਸ ਹਾਲਤ ਦੇ ਵਿੱਚ ਲਾਸ਼ ਨੂੰ ਸੁੱਟਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਲਾਸ਼ ਨੂੰ ਕਬਜ਼ੇ 'ਚ ਲਿਆ ਗਿਆ ਪਰ ਪੁਲਿਸ ਨੂੰ ਹਾਲੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਆਖਿਰ ਇਸ ਮਨਿੰਦਰ ਉਰਫ ਸੋਨੂ ਨੂੰ ਮਾਰਿਆ ਕਿਵੇਂ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਪੁੱਤ ਗੁਆਂਢੀਆਂ ਦੇ ਮੁੰਡੇ ਦੇ ਨਾਲ ਗਿਆ ਸੀ ਜੋ ਕਿ ਪਹਿਲਾਂ ਹੀ ਉਸਦਾ ਦੋਸਤ ਸੀ ਤਾਂ ਫਿਰ ਉਹਨਾਂ ਨੂੰ ਸ਼ੱਕ ਹੋਇਆ। ਜਦੋਂ ਉਹਨਾਂ ਨੇ ਮਨਿੰਦਰ ਦੇ ਦੋਸਤ ਤੋਂ ਮਨਿੰਦਰ ਬਾਰੇ ਪੁੱਛ ਪੜਤਾਲ ਕੀਤੀ ਤਾਂ ਆਪਣੇ ਬਿਆਨ ਬਦਲਣ ਲੱਗਾ। ਪਰਿਵਾਰ ਨੂੰ ਸ਼ੱਕ ਹੋਇਆ ਤਾਂ ਪੁਲਿਸ ਨੂੰ ਇਤਲਾਹ ਕੀਤੀ ਗਈ ਤੇ ਪੁਲਿਸ ਨੇ ਜਦੋਂ ਗੱਲਬਾਤ ਕੀਤੀ ਪੁੱਛ ਪੜਤਾਲ ਕੀਤੀ ਤਾਂ ਫਿਰ ਸਾਹਮਣੇ ਆਇਆ ਕਿ ਮਨਿੰਦਰ ਦੇ ਦੋਸਤਾਂ ਨੇ ਹੀ ਉਸਦਾ ਬੇਰਹਿਮੀ ਨਾਲ ਕਤਲ ਕੀਤਾ ਹੈ। ਪਰਿਵਾਰ ਨੇ ਦੱਸਿਆ ਕਿ ਮਨਿੰਦਰ ਨਸ਼ੇ ਦਾ ਆਦੀ ਸੀ ਪਰ 2 ਮਹੀਨੇ ਤੋਂ ਉਹਨੇ ਨਸ਼ਾ ਕਰਨਾ ਛੱਡ ਦਿੱਤਾ ਸੀ ਤੇ ਆਪਣੇ ਨਸ਼ੇੜੀ ਦੋਸਤਾਂ ਤੋਂ ਵੀ ਬਚਦਾ ਰਹਿੰਦਾ ਸੀ ਪਰ ਇਹ ਗੱਲ ਇਹਨਾਂ ਦੋਸਤਾਂ ਨੂੰ ਗਵਾਰਾ ਨਹੀਂ ਸੀ ਜਿਸ ਕਰਕੇ ਉਹਨਾਂ ਨੇ ਮਨਿੰਦਰ ਦਾ ਕਤਲ ਕਰ ਦਿੱਤਾ ਹੈ। ਹੁਣ ਮਾਪੇ ਆਪਣੇ ਪੁੱਤ ਦੇ ਲਈ ਇਨਸਾਫ ਮੰਗ ਰਹੇ ਨੇ। ਦੱਸਦੀ ਕਿ ਮਨਿੰਦਰ ਦੀ ਇੱਕ ਭੈਣ ਹੈ ਜੋ ਕਿ ਅਮੈਰੀਕਾ ਦੇ ਵਿੱਚ ਰਹਿੰਦੀ ਹੈ ਤੇ ਇਹ ਇਕਲੌਤਾ ਪੁੱਤ ਸੀ ਆਪਣੇ ਮਾਪਿਆਂ ਦਾ ਜਿਸਦਾ ਹੁਣ ਕਤਲ ਕਰ ਦਿੱਤਾ ਗਿਆ ਹੈ। ਮਾਪਿਆਂ ਤੋਂ ਇਹ ਦੁੱਖ ਸਹਾਰ ਨਹੀਂ ਹੋ ਰਿਹਾ ਤੇ ਆਪਣੇ ਪੁੱਤ ਲਈ ਇਨਸਾਫ ਮੰਗ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਗੱਲ ਨਹੀਂ ਜੀ, ਕੱਲ 2 ਵਜੇ ਦਾ ਗਿਆ ਹੈ ਸਰ, ਆਪਣੇ ਮੈਕਸ ਹਸਪੀਟਲ GNM ਸੀ ਸਰ, ਹਫ਼ਤਾ ਹੀ ਹੋਇਆ ਜੀ, ਬਸ ਕੁਛ ਨਹੀਂ ਗਿਆ ਸਰ, ਕਹਿੰਦਾ ਮੈਂ ਆ ਰਿਹਾ ਘੁੰਮਣ ਜਾਣਾ ਜੀ, ਬਸ ਉਸ ਤੋਂ ਬਾਅਦ ਫਿਰ ਇਹਦਾ ਸਵਿੱਚ ਆਫ ਫੋਨ ਵੀ ਬੰਦ ਹੋ ਗਿਆ ਜੀ, ਉਸ ਬਾਅਦ ਨਹੀਂ ਪਤਾ ਲੱਗਿਆ ਜੀ, ਬਸ ਇਹੀ ਬੇਨਤੀ ਕਰਦੇ ਹਾਂ ਵੀ ਇਹਦਾ ਇਨਸਾਫ ਜਿਹੜਾ ਵੀ ਕਿਹਨੇ ਕਰਿਆ ਉਹਦਾ ਸਾਨੂੰ ਸਰ, ਹੁਣ ਇਹਦੀ ਜਿਵੇਂ ਨਿਸ਼ਾਨ ਹੈਗੇ ਆ ਸਰ ਤੇ ਦੇ ਸਿਹਤ ਵੀ ਫੁੱਲੀ ਪਈ ਹੈ ਜੀ, ਕਿਸੇ ਨੇ ਇਹਨੂੰ ਕੀਤੀ ਹੈ ਕੋਈ ਵਾਰਦਾਤ, ਇਹਦੇ ਮੋਬਾਈਲ ਵੀ ਇਹਦਾ ਨਹੀਂ ਹੈ, ਬਾਈਕ ਵੀ ਨਹੀਂ ਹੈ ਕੋਲ ਜੀ, ਅਸੀਂ ਇਹੀ ਪੁਲਿਸ ਨੂੰ ਬੇਨਤੀ ਹੈ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਅਨਮੈਰਿਡ ਹੈ ਜੀ, ਉਹ ਭੈਣ ਭਰਾ ਜੀ, ਸਿਸਟਰ ਇਹਨਾਂ ਦੀ ਅਮੈਰੀਕਾ 'ਚ ਹੈ ਅਤੇ ਇਹ ਉੱਥੇ ਚੰਡੀਗੜ੍ਹ ਹੁੰਦਾ ਸੀ, ਫਿਰ ਬੈਂਕ ਆਫ ਇੰਡੀਆ 'ਚੋਂ ਰਿਟਾਇਰਡ ਹੈ। ਇਹ ਇੱਥੋਂ ਸਰ ਇੱਥੋਂ ਪਤਾ ਲੱਗਿਆ ਜਿਹੜੇ ਬੱਚੇ ਇੱਧਰ ਲੰਘ ਰਹੇ ਸੀ ਨਾ, ਇਹਨਾਂ ਨੇ ਦੱਸਿਆ ਵੀ ਕੋਈ ਬੋਡੀ ਪਈ ਹੈ, ਫਿਰ ਮੁਲਾਜ਼ਮ ਆਏ, ਫਿਰ ਜਲਦੀ ਜਲਦੀ ਅਸੀਂ ਆਏ ਚੈੱਕ ਕਰਵਾ ਕੇ ਆਏ। ਇੱਕ ਸੀਡ ਫਾਰਮ ਏਰੀਏ ਦੇ ਵਿੱਚ ਇੱਕ ਇੰਸੀਡੈਂਟ ਰਿਪੋਰਟ ਹੋਇਆ ਸੀ ਵੀ ਇੱਕ ਡੈੱਡ ਬੋਡੀ ਜਿਹੜੀ ਹੈਗੀ ਆ ਅਨਆਡੈਂਟੀਫਾਈਡ ਉੱਥੇ ਗਲੀ ਸੜੀ ਹਾਲਤ ਦੇ ਵਿੱਚ ਪਈ ਹੈ, ਜਿਸ 'ਤੇ ਅਸੀਂ ਮੌਕੇ 'ਤੇ ਪਹੁੰਚ ਕੇ ਉੱਥੋਂ ਦੇ ਇਨਵੈਸਟੀਗੇਸ਼ਨ ਕੀਤੀ, ਜਿਸ ਤੋਂ ਇਹਦੀ ਜਿਹੜੀ ਬੰਦੇ ਦੀ ਆਈਡੈਂਟੀਫਿਕੇਸ਼ਨ ਹੋਈ ਹੈ। ਮਨਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਹੈਗਾ, ਨਿਊ ਧਰਮਗੜ੍ਹ ਨਗਰੀ ਦਾ ਰਹਿਣ ਵਾਲਾ, ਜਿਸ ਦੀ ਉਮਰ 30-31 ਸਾਲ ਤਕਰੀਬਨ ਹੈਗੀ। ਉਸਦੀ ਬੋਡੀ ਕਾਫੀ ਡਿਸਪੋਜ਼ਡ ਸੀਗੀ, ਡੀਕੰਪੋਜ਼ ਸੀਗੀ, ਤੇ ਜਿਸ ਸੰਬੰਧੀ ਉਹਨਾਂ ਦੇ ਫਾਦਰ ਦੀ ਸਟੇਟਮੈਂਟ, ਭੁਪਿੰਦਰ ਸਿੰਘ ਦੀ ਸਟੇਟਮੈਂਟ 'ਤੇ ਅਸੀਂ 4 ਬੰਦਿਆਂ 'ਤੇ FIR ਰਜਿਸਟਰ ਕੀਤੀ। ਅਮਨਦੀਪ ਪੁੱਤਰ ਸੁਖਦੇਵ ਸਿੰਘ, ਹਰਮੇਲ ਸਿੰਘ ਪੁੱਤਰ ਕਰਨੈਲ ਸਿੰਘ, ਚੰਚਲ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਸਿਮਰਨਜੀਤ ਸਿੰਘ ਗੁਰੀ ਪੁੱਤਰ ਸੁਖਜੀਤ ਸਿੰਘ, ਜਿਹੜੇ ਬਾਬਾ ਦੀਪ ਸਿੰਘ ਨਗਰ ਦੇ ਇੱਥੋਂ ਦੇ ਰਹਿਣ ਵਾਲੇ, ਜਿਹੜੇ ਕਿ ਉਹਨਾਂ ਦੇ ਸਟੇਟਮੈਂਟ ਮੁਤਾਬਕ ਲਾਸਟ ਟਾਈਮ ਜਿਹੜਾ ਇਹਨਾਂ ਦਾ ਲੜਕਾ ਸੀਗਾ ਇਹਨਾਂ ਨਾਲ ਹੀ ਗਿਆ ਸੀ।
ਇਹਨਾਂ ਵੱਲੋਂ ਹੀ ਜਿਹੜੀ ਇੱਕ ਪਲੈਨਿੰਗ ਤਹਿਤ ਇਹਦੀ ਜਿਹੜੇ ਹੈਗੇ ਆ ਮਰਡਰ ਇਹਦਾ ਪਲੈਨ ਕੀਤਾ ਉਹਨਾਂ ਨੇ, ਅਤੇ ਇਹਦੀ ਬੋਡੀ ਨੂੰ ਡਿਸਪੋਜ਼ ਆਫ ਕਰਨ ਲਈ ਇਹਦਾ ਇਹਨੂੰ ਉੱਥੇ ਜਿਹੜੇ ਇੱਕ ਸ਼ਮਸ਼ਾਨ ਏਰੀਏ ਦੇ ਵਿੱਚ ਸੁੱਟ ਦਿੱਤਾ ਗਿਆ, ਜਿਸਦੇ ਅਸੀਂ ਮੌਤ ਦੇ ਕਾਰਨਾਂ ਸੰਬੰਧੀ ਅਸੀਂ ਇਹਨਾਂ ਦੀ ਅਰੈਸਟ, ਇਹਨਾਂ 'ਚੋਂ ਤਿੰਨ ਬੰਦੇ ਜਿਹੜੇ ਹੈਗੇ ਅਮਨਦੀਪ ਸਿੰਘ, ਚੰਚਲ ਸਿੰਘ ਅਤੇ ਸਿਮਰਨਜੀਤ ਸਿੰਘ ਅਰੈਸਟ ਕੀਤੇ ਜਾ ਸਕੇ, ਜਿਨ੍ਹਾਂ ਦੇ ਅਸੀਂ ਡਿਸਕਲੋਜ਼ਰ 'ਤੇ ਅਸੀਂ ਇਹਨਾਂ ਦੇ ਸਹੀ ਜਿਹੜੀ ਫਸਲ ਕਾਰਨਾਂ ਤੋਂ ਅਤੇ ਸਾਰੀ ਇਸ ਦੀ ਗੱਲ ਕਲੈਰਿਟੀ ਅਸੀਂ ਅੱਗੇ ਇਨਵੈਸਟੀਗੇਸ਼ਨ ਦੌਰਾਨ ਕੀਤੀ। ਇਹ ਜਿਸ ਤਰ੍ਹਾਂ ਦਾ ਲੱਗਦਾ ਵੀ ਇਹਨਾਂ ਦੇ ਫਰੈਂਡ ਸਰਕਲ 'ਚ ਸੀਗੇ, ਇਹਨਾਂ ਦੇ ਨਾਲ ਹੀ ਉੱਠਣਾ ਬੈਠਣਾ ਸੀ, ਇਹਨਾਂ ਦੀ ਕੋਈ ਜਿਹੜੀ ਹੁਣ ਤੱਕ ਦੀ ਲੱਗਦੀ ਵੀ ਕੋਈ ਸਡਨ ਇਹਨਾਂ ਦੇ ਵਿੱਚ ਝੜਪ ਹੋਈ ਹੈ ਕਿਸੇ ਗੱਲ ਨੂੰ ਲੈ ਕੇ ਜਾਂ ਉਸ ਤਰੀਕੇ ਨਾਲ, ਜਿਸ ਤਰੀਕੇ ਦੇ ਹਾਲਾਤ ਨੇ। ਬਾਕੀ ਇਹਦਾ ਜਿਹੜੇ ਡੈੱਡ ਬੋਡੀ ਹੈਗੀ ਹੈ ਇਹਦਾ ਪੋਸਟਮਾਰਟਮ ਵੀ ਅਸੀਂ ਬੋਰਡ ਵੱਲੋਂ, ਤਿੰਨ ਮੈਂਬਰ ਦੇ ਡਾਕਟਰਸ ਦੇ ਬੋਰਡ ਵੱਲੋਂ ਕਰਵਾਇਆ ਗਿਆ, ਜਿਸ 'ਚ ਡਿਸਕਲੋਜ਼ਰ 'ਤੇ ਇਹਨਾਂ ਦੇ ਮੌਤ ਦੇ ਰੀਜ਼ਨ ਦਾ ਵੀ ਉੱਥੋਂ ਪਤਾ ਲੱਗਣਾ, ਅਤੇ ਇਹਨਾਂ ਦੇ ਡਿਸਕਲੋਜ਼ਰ 'ਤੇ ਹੀ ਜਿਹੜੀ ਆਪਾਂ ਨੂੰ ਅਸਲ ਕਹਾਣੀ ਜਿਹੜੀ ਹੈ ਪਤਾ। ਅਤੇ ਹੁਣ ਤੱਕ ਦੇ ਸਿਚੁਏਸ਼ਨ ਹੈਗੀ ਉਸ 'ਚੋਂ ਇਹ ਲੱਗਦਾ, ਜਿਵੇਂ ਅਸੀਂ ਮੌਕਾ ਦੇਖਿਆ ਜਿੱਥੇ ਡੈੱਡ ਬੋਡੀ ਮਿਲੀ ਸੀ ਉਹ ਡੈੱਡ ਬੋਡੀ ਜਿਹੜੀ ਇਹਦੀ ਅਕਰੰਸ ਸੀਗੀ ਇਹਦੀ ਹੋਰ ਕਿਤੇ ਲੱਗਦੀ ਸੀ, ਉਸ ਤਰ੍ਹਾਂ ਜਿਹੜੀ ਜਗ੍ਹਾ 'ਤੇ ਡੈੱਡ ਬੋਡੀ ਮਿਲੀ ਸੀ ਉੱਥੇ ਤਾਂ ਇੱਕ ਤਰ੍ਹਾਂ ਦਾ ਇਹਨੂੰ ਟਿਕਾਣੇ ਲਗਾਉਣ ਲਈ ਇੱਕ ਡੈੱਡ ਬੋਡੀ ਨੂੰ ਉੱਥੇ ਸਿੱਟਿਆ ਗਿਆ ਸੀ, ਜਿਸ ਸੰਬੰਧੀ ਅਸਲ ਇਹਦੇ ਵਕੂਏ 'ਤੇ ਪਹੁੰਚ ਕੇ ਅਤੇ ਸਾਰੀਆਂ ਜਿਹੜੀਆਂ ਇਹਦਾ ਮੋਟਰਸਾਈਕਲ, ਫੋਨ, ਜਿਹੜੀ ਚੀਜ਼ਾਂ ਬਰਾਮਦ ਕਰਕੇ ਅਤੇ ਅੱਗੇ ਇਹਨਾਂ ਦੀ ਕਾਲ ਰਿਕਾਰਡਸ, ਜਿਸ ਤਰ੍ਹਾਂ ਦੀ ਲੋਕੇਸ਼ਨ ਦਾ ਸਾਰਾ ਵੈਰੀਫਾਈ ਕਰਕੇ ਸਾਰੀ ਚੀਜ਼ਾਂ ਦੇ ਇਹਨਾਂ ਦੇ ਡਿਸਕਲੋਜ਼ਰ 'ਤੇ ਅਸੀਂ ਰਿਕਵਰ ਕਰਾਂਗੇ। ਇਹ ਜਿਹੜਾ ਨਸ਼ੇ ਵਾਲੀ ਗੱਲ ਵੀ ਇਹ ਪਹਿਲਾਂ ਅਡਿਕਟ ਸੀਗਾ ਇਹਦੇ ਫਾਦਰ ਦੇ ਦੱਸਣ ਮੁਤਾਬਕ, ਜਿਸਦਾ ਇਹਨਾਂ ਨੇ ਗੁੜਗਾਓਂ ਤੋਂ ਲੈ ਕੇ ਇੱਥੇ ਤੱਕ ਇਲਾਜ ਵੀ ਇਹਦਾ ਡੀ ਅਡਿਕਸ਼ਨ ਦਾ ਕਰਵਾਇਆ ਸੀ, ਇਹ ਮਾੜੀ ਸੰਗਤ ਦੇ ਵਿੱਚ ਸੀਗਾ। ਜਿਹੜੇ ਇਹ ਬੰਦੇ ਹੈਗੇ ਆ ਦੂਜੇ ਵੀ ਇਹਨਾਂ ਦੇ ਸੰਬੰਧੀ ਵੀ ਜਿਹੜੀ ਹੈਗੀ ਹੈ ਇਹ ਗੱਲ ਆ ਰਹੀ ਹੈ ਵੀ ਇਹ ਨਸ਼ੇ ਦੇ ਅਡਿਕਟ ਨੇ, ਜਿਹਨਾਂ ਦੇ ਲੈ ਕੇ ਵੀ ਇਹ ਆਪਦੇ ਕੰਟਰੋਲ ਤੋਂ ਬਾਹਰ ਹੋ ਕੇ ਇਹਨਾਂ ਵੱਲੋਂ ਜਿਹੜੀ ਵੀ ਗੱਲ ਹੈਗੀ ਹੈ ਉਹ ਮੈਂਟਲੀ ਜਦੋਂ ਵੀ ਇਹ ਸਟੇਬਲ ਹੋ ਜਾਂਦੇ ਅਸੀਂ ਉਹ ਚੀਜ਼ ਵੀ ਇਹਨਾਂ ਤੋਂ ਡਿਸਕਲੋਜ਼ ਕਰਾਵਾਂਗੇ ਵੀ ਕੀ ਅਸਲ ਕਹਾਣੀ ਬਣੀ ਹੈ ਜਿਸ ਕਰਕੇ ਇਹਨਾਂ ਨੇ ਆਹ ਜਿਹੜਾ ਸਟੈਪ ਚੁੱਕਿਆ। ਉਹਦਾ ਅਸੀਂ ਜੀ ਪੋਸਟਮਾਰਟਮ ਕਰਾਇਆ, ਉਸਦੇ ਜਿਹੜੀ ਸਹੀ ਇਹਦੇ ਰੀਜ਼ਨ ਹੈਗੇ ਜਾਂ ਇਹ ਸਵਾਲ ਉਹਨਾਂ ਦੇ ਆਪਾਂ ਰਿਪੋਰਟ ਆਉਣ 'ਤੇ ਆਪਾਂ ਨੂੰ ਪਤਾ ਲੱਗਿਆ। ਇਹਨਾਂ ਨੂੰ ਕੋਈ ਦੱਸਿਆ ਕਿ ਉਹਨਾਂ ਕੱਲ੍ਹ ਨਸ਼ਾ ਕੀਤਾ ਸੀ ਜਾਂ ਕਿਸ ਤਰ੍ਹਾਂ ਸੀ? ਨਹੀਂ, ਹੁਣ ਹਜੇ ਤੱਕ ਜਿਹੜੀ ਹੈਗੀ ਅਸੀਂ ਇਹਨਾਂ ਦੀ ਅਰੈਸਟ, ਫਾਰਮਲ ਅਰੈਸਟ ਪਾਈ ਹੈ, ਜਿਸ ਤਰ੍ਹਾਂ ਦੀ ਅਸੀਂ ਰਿਮਾਂਡ ਵੀ ਹਾਸਲ ਕਰਾਂਗੇ ਉਹ ਸਾਰੀ ਚੀਜ਼ ਦੀ ਅਸੀਂ ਕਲੈਰਿਟੀ ਅੱਗੇ ਵਰਦਰ ਦੇਵਾਂ। ਮੌਤ ਦੇ ਪਿੱਛੇ ਲੱਗਦਾ ਕਿ ਮਤਲਬ ਨਸ਼ਾ ਹੀ ਕਾਰਨ ਬਣਿਆ? ਮੌਤ ਦੇ ਹੁਣ ਤੱਕ ਦੇ ਜਿਹੜੇ ਸੰਭਵ ਕਾਰਨ ਹੈਗੇ ਆ ਵੀ ਨਸ਼ਾ ਜ਼ਰੂਰ ਕਰਦੇ ਸੀ, ਪਰ ਹੁਣ ਆਪਾਂ ਕੁਛ ਵੀ ਇੱਕ ਕਲੀਅਰ ਨਹੀਂ ਕਹਿ ਸਕਦੇ ਵੀ ਇਹ ਨਸ਼ੇ ਕਰਕੇ ਡੈਥ ਹੋਈ ਜਾਂ ਇਹਨਾਂ ਦੀ ਕੋਈ ਝੜਪ ਹੋਈ ਹੈ ਜਾਂ ਲੜਾਈ ਹੋਈ ਹੈ ਜਾਂ ਕੋਈ ਇਸ ਤਰ੍ਹਾਂ ਬੋਡੀ ਡੀਕੰਪੋਜ਼ ਹੋਣ ਕਾਰਨ ਇਹਦੇ ਸੱਟਾਂ ਦਾ ਵੀ ਜਿਹੜਾ ਹੈਗਾ ਕਲੈਰਿਟੀ ਨਹੀਂ ਆ ਰਹੀ ਸੀ ਬੋਡੀ ਤੋਂ ਵੀ ਇੱਕ ਸੱਟ ਜਿਹੜੀ ਇਹਦੇ ਫੇਸ 'ਤੇ ਲੱਗ ਰਹੀ ਸੀ ਵੀ ਉਹ ਕਿਸ ਤਰ੍ਹਾਂ ਦੀ ਸੱਟ ਹੈ, ਵੀ ਪੋਸਟ ਮਾਰਟਮ ਹੈ, ਐਂਟੀ ਮਾਰਟਮ ਹੈ, ਜਿਹੜੀ ਚੀਜ਼ਾਂ ਕਾਫੀ ਚੀਜ਼ਾਂ ਆਪਾਂ ਨੂੰ ਇਹਨਾਂ ਦੇ ਪੋਸਟਮਾਰਟਮ ਰਿਪੋਰਟ ਤੋਂ ਕਲੀਅਰ ਹੋ ਜਾਣਗੇ। ਮੈਡੀਕਲ ਰਿਪੋਰਟ ਤੋਂ ਬਾਅਦ ਹੀ? ਹਾਂਜੀ ਹਾਂਜੀ। ਕਿੰਨੇ ਦਿਨ ਪਹਿਲਾਂ ਮੌਤ ਹੋਈ ਸੀ? ਇਹ ਪਰਸੋਂ ਹੀ ਬੰਦਾ ਆਪਦੇ ਘਰੋਂ ਮਿਸਿੰਗ ਹੋਇਆ ਸੀਗਾ, ਅਤੇ ਉਸ ਤੋਂ ਬਾਅਦ ਇਹਦੀ ਕੱਲ੍ਹ ਸ਼ਾਮ ਨੂੰ ਜਿਹੜੀ ਹੈਗੀ ਹੈ ਤਕਰੀਬਨ 27-28 ਘੰਟੇ ਬਾਅਦ ਇਹਦੀ ਡੈੱਡ ਬੋਡੀ ਜਿਹੜੀ ਆਪਾਂ ਨੂੰ ਇਹਦੀ ਮਿਲੀ ਸੀ। ਆਪਾਂ ਕਿੰਨੇ ਘੰਟੇ ਬਾਅਦ? ਇਹ ਆਪਾਂ ਤਕਰੀਬਨ ਘੰਟਾ, ਡੇਢ ਘੰਟੇ, ਦੋ ਘੰਟੇ ਦੇ ਵਿੱਚ ਅਸੀਂ ਇਹ ਸਾਰੀ ਚੀਜ਼ ਆਈਡੈਂਟੀਫਾਈ ਕਰਕੇ ਇਹਦੇ ਬੰਦੇ ਨੂੰ ਕਵਰ ਕਰਕੇ ਦਿੱਤਾ। ਸਰ, ਕਿਹਾ ਜਾ ਰਿਹਾ ਕਿ ਲੜਕਾ ਜਿਹੜਾ ਮਰਨ ਵਾਲਾ ਸੀ ਉਹ ਬਾਹਰ ਕੰਮ ਕਰਦਾ ਸੀ, ਇੱਥੇ ਕਿਵੇਂ ਪਹੁੰਚਿਆ, ਕਿਸ ਤਰ੍ਹਾਂ ਇਹਨਾਂ ਨਾਲ ਤਾਲੁਕਾ? ਜੇ ਇਹ ਜੋਬ ਜ਼ਰੂਰ ਮੈਕਸ ਹੌਸਪੀਟਲ ਮੋਹਾਲੀ ਕਰਦਾ ਸੀਗਾ, ਪਰ ਇਹ ਪਿਛਲੇ 10-12 ਦਿਨਾਂ ਤੋਂ ਇੱਥੇ ਆਇਆ ਹੋਇਆ ਸੀ, ਜਿਸ ਨੇ ਆਪਦੀ ਕਹਿੰਦੇ ਸੀ ਟ੍ਰਾਂਸਫਰ ਜਿਹੜੀ ਆ ਬਠਿੰਡੇ ਮੈਕਸ ਦੇ ਵਿੱਚ ਕਰਾਉਣ ਲਈ ਵੀ ਆਪਦੀ ਟਰਾਈ ਕਰ ਰਿਹਾ ਸੀ। ਯਾਰੀ ਦੋਸਤੀ ਇੱਥੇ ਸੀਗੀ ਸਾਰੀ? ਹੁਣ ਤੱਕ ਦੀ ਇਹਦੇ ਫਾਦਰ ਦੀ ਸਟੇਟਮੈਂਟ ਮੁਤਾਬਕ ਤਾਂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀ, ਅਤੇ ਲਾਸਟ ਟਾਈਮ ਵੀ ਇਹਨਾਂ ਦੇ ਨਾਲ ਹੀ ਉਹਦੇ ਕਹਿਣ ਮੁਤਾਬਕ ਗਏ ਸੀ ਇਹਦੇ ਨਾਲ। ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਕੀ ਸਾਹਮਣੇ ਆਇਆ? ਅਸੀਂ ਹਜੇ ਅੱਜ ਇਹਨਾਂ ਦੀ ਅਰੈਸਟ, ਅੱਜ ਹੀ ਇਹ ਅਰੈਸਟ ਹੋਏ ਨੇ, ਜਿਸ ਸੰਬੰਧੀ ਕੋਈ ਵੀ ਸਾਨੂੰ ਨਵਾਂ ਤੱਥ ਸਾਹਮਣੇ ਅਸੀਂ ਜ਼ਰੂਰ ਸਾਰੀ ਮੀਡੀਆ ਨਾਲ ਸ਼ੇਅਰ ਕਰਾਂਗੇ। ਕੋਈ ਕ੍ਰਿਮੀਨਲ ਰਿਕੋਰਡ ਹੈ ਜੀ ਇਹਨਾਂ ਦਾ? ਹੁਣ ਤੱਕ ਅਸੀਂ ਇਸ 'ਚ ਕਰ ਰਹੇ ਹਾਂ ਵਰਕ, ਜੇ ਇਨਵੈਸਟੀਗੇਸ਼ਨ 'ਚ ਅਸੀਂ ਕਰਦੇ ਹਾਂ ਕਲੀਅਰ,
ਤੁਹਾਨੂੰ ਦੱਸ ਦਿੰਦੇ ਰੀਸੈਂਟਲੀ ਜਿਹੜਾ ਹੈਗਾ ਸ਼ੇਅਰ ਕਰ ਦਿੰਦੇ। ਦੋਸ਼ੀ ਕੰਮ ਕੀ ਕਰਦੇ ਸੀ? ਇਹ 'ਚੋਂ ਜਿਹੜਾ ਹਰਮੇਲ ਸਿੰਘ ਹੈਪੀ ਹੈਗਾ ਇੱਕ ਜਿਹੜੇ ਦੀ ਅਰੈਸਟ ਬਣੀ, ਇਹਦਾ ਮੈਡੀਕਲ ਸੀਗਾ। ਅਤੇ ਚੰਚਲ ਜਿਹੜਾ ਹੈਗਾ ਇਹਦੇ ਇੱਕ ਪੱਠਿਆਂ ਦੇ ਟਾਲ ਸੀ ਸੀਡ ਫਾਰਮ ਏਰੀਏ ਦੇ ਵਿੱਚ। ਅਤੇ ਆ ਜਿਹੜਾ ਇਹਦਾ ਗਵਾਂਢੀ ਅਮਨਦੀਪ ਸੂਰਜ ਹੈਗਾ ਇਹ ਘਰੋਂ ਠੀਕ ਸੀਗਾ ਅਤੇ ਤਕਰੀਬਨ ਆਮ ਤਾਂ ਵਿਹਲਾ ਹੀ ਸੀਗਾ। ਬਾਕੀ ਜਿਹੜਾ ਮਰਨ ਵਾਲਾ ਸੀ ਕਿੰਨੇ ਭੈਣ ਭਰਾ ਸੀਗੇ? ਇਹ ਇੱਕ ਸਿਸਟਰ ਅਤੇ ਇੱਕ ਬ੍ਰਦਰ, ਦੋਨੇ ਭੈਣ ਭਰਾ ਸੀਗੇ। ਸਿਸਟਰ ਵੀ ਜਿਹੜੀ ਹੈਗੀ ਆ ਬਾਹਰ ਅਬਰੋਡ ਹੈ ਅਤੇ ਆ ਮੁੰਡਾ ਇੱਥੇ ਸੀਗਾ।